ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਫਿਰ ਤੋਂ ਇੱਕ ਵਾਰ ਸਵਾਗਤ ਹੈ ਜੀ ਮੇਰੇ ਯੂਟਿਊਬ ਚੈਨਲ 'ਤੇ ਜਿਹਦਾ ਨਾਂ ਹੈ ਪੰਜਾਬੀ ਵਲੋਗਸ। ਅੱਜ ਅਸੀਂ ਸਾਡਾ ਜੈਪੁਰ ਵਿੱਚ ਦੂਸਰਾ ਦਿਨ ਅਤੇ ਦੂਸਰੇ ਦਿਨ ਦੀ ਸ਼ੁਰੂਆਤ ਕੀਤੀ ਹੈ ਜੀ। ਅਸੀਂ ਸਵੇਰ ਦੇ ਨਾਸ਼ਤੇ ਦੇ ਨਾਲ ਨਾਸ਼ਤਾ ਕਰਨ ਲਈ ਆ ਪਹੁੰਚੇ ਹਾਂ ਅਸੀਂ ਪਾਲਿਸ ਪਿਓਰ ਵੈਜ ਢਾਬੇ 'ਤੇ। ਮਸਟ ਰਿਕਮੈਂਡੀ ਪਲੇਸ ਹੈ ਜੀ, ਇੱਥੇ ਜ਼ਰੂਰ ਵਿਜ਼ਿਟ ਕਰੋ ਤੁਸੀਂ ਜੇ ਤੁਸੀਂ ਸਵਾਦਿਸ਼ਟ ਭੋਜਨ ਦਾ ਆਨੰਦ ਲੈਣਾ ਹੈ ਜੀ। ਉਹ ਗੱਲ ਤਾਂ ਤੁਸੀਂ ਸੁਣੀ ਹੋਏਗੀ ਜੀ, ਪਹਿਲੇ ਪੇਟ ਪੂਜਾ ਫਿਰ ਕੰਮ ਦੂਜਾ। ਨਾਸ਼ਤਾ ਕਰਨ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਨਿਕਲੇ ਜੀ ਆਮਿਰ ਫੋਰਟ ਲਈ। ਆਮਿਰ ਫੋਰਟ ਜਾਂਦੇ ਜਾਂਦੇ ਸਾਨੂੰ ਰਸਤੇ 'ਚ ਕਿਸੇ ਨੇ ਦੱਸਿਆ ਕਿ ਤੁਹਾਨੂੰ ਬਿਰਲਾ ਮੰਦਿਰ ਵੀ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਹੈ, ਜੋ ਕਿ ਭਗਵਾਨ ਵਿਸ਼ਨੂੰ ਅਤੇ ਲਕਸ਼ਮੀ ਜੀ ਦਾ ਮੰਦਿਰ ਹੈ। ਦਰਸ਼ਨ ਕਰਨ ਤੋਂ ਬਾਅਦ ਹੁਣ ਨਿਕਲੇ ਹਾਂ ਜੀ ਅਸੀਂ ਆਮਿਰ ਫੋਰਟ ਲਈ। ਆਮਿਰ ਫੋਰਟ ਜੈਪੁਰ ਸਿਟੀ ਤੋਂ 11 ਕਿਲੋਮੀਟਰ ਦੂਰ ਹੈ, ਜੋ ਕਿ ਆਮਿਰ ਇੱਕ ਜਗ੍ਹਾ ਹੈ, ਪਿੰਡ ਦਾ ਨਾਮ ਉਹਦੇ ਵਿੱਚ ਬਣਿਆ ਹੋਇਆ ਹੈ। ਆਮਿਰ ਫੋਰਟ ਰਾਜਾ ਮਾਨ ਸਿੰਘ ਨੇ 1592 ਈਸਵੀ ਵਿੱਚ ਬਣਵਾਇਆ ਸੀ। ਪਰ ਬੰਦਾ 100 ਰੁਪਇਆ ਜੀ, ਅਗਰ ਤੁਹਾਡੇ ਕੋਲ ਸਟੂਡੈਂਟ ਆਈਡੀ ਹੈ ਜੀ ਤੁਹਾਡੇ ਸਿਰਫ 20 ਰੁਪਏ ਹੀ ਲੱਗਣਗੇ। ਕਿਲ੍ਹੇ ਦੇ ਵਿੱਚ ਪ੍ਰਵੇਸ਼ ਕਰਦੇ ਹੀ ਸਭ ਤੋਂ ਪਹਿਲਾਂ ਜਿਹੜਾ ਆਉਂਦਾ ਹੈ ਉਹ ਆਉਂਦਾ ਹੈ ਦੀਵਾਨੇ ਆਮ। ਕਹਿੰਦੇ ਨੇ ਰਾਜੇ ਮਹਾਰਾਜੇ ਇੱਥੇ ਆਮ ਜਨਤਾ ਦੀਆਂ ਮੁਸ਼ਕਲਾਂ ਸੁਣਦੇ ਸੀ ਅਤੇ ਉਹਨਾਂ ਦਾ ਹੱਲ ਕੱਢਦੇ ਸੀ। ਦੀਵਾਨੇ ਆਮ ਦੇ ਸਾਹਮਣੇ ਹੀ ਬਿਲਕੁਲ ਗਣੇਸ਼ ਪੋਲ ਬਣਿਆ ਹੋਇਆ ਹੈ ਜੀ। ਕਹਿੰਦੇ ਨੇ ਜਦੋਂ ਰਾਜੇ ਮਹਾਰਾਜੇ ਜੰਗ ਤੋਂ ਵਾਪਸ ਆਉਂਦੇ ਸੀ, ਜਿਹੜੀਆਂ ਰਾਜੇ ਦੀਆਂ ਰਾਣੀਆਂ ਹੁੰਦੀਆਂ ਸੀ ਇਹਦੇ ਉੱਪਰੋਂ ਫੁੱਲਾਂ ਦੀ ਵਰਖਾ ਕਰਦੀਆਂ ਸੀ। ਗਣੇਸ਼ ਪੋਲ ਤੋਂ ਜਦੋਂ ਅੱਗੇ ਜਾਂਦੇ ਹਾਂ ਜੀ, ਫਿਰ ਆਉਂਦੇ ਜੀ ਸ਼ੀਸ਼ ਮਹਿਲ। ਕਹਿੰਦੇ ਨੇ ਰਾਜਾ ਸ਼ੀਸ਼ ਮਹਿਲ ਵਿੱਚ ਸਿਰਫ ਉਹਨਾਂ ਵਿਅਕਤੀਆਂ ਨੂੰ ਮਿਲਦਾ ਹੁੰਦਾ ਸੀ ਜੋ ਕਿ ਉਹਦੇ ਬਹੁਤ ਹੀ ਜ਼ਿਆਦਾ ਖਾਸ ਹੁੰਦੇ ਸੀ। ਇਸ ਲਈ ਹੀ ਲੋਕ ਇਹਨੂੰ ਦੀਵਾਨੇ ਖਾਸ ਕਹਿੰਦੇ ਨੇ। ਸ਼ੀਸ਼ ਮਹਿਲ ਦੇ ਸਾਹਮਣੇ ਹੀ ਬਣਿਆ ਹੈ ਸੁੱਖ ਮੰਦਰ। ਸੁੱਖ ਮੰਦਰ ਵਿੱਚ ਰਾਜਾ ਅਤੇ ਰਾਜੇ ਦੀਆਂ ਰਾਣੀਆਂ ਗਰਮੀਆਂ ਦੇ ਸਮੇਂ ਰਹਿੰਦੇ ਹੁੰਦੇ ਸੀ, ਕਿਉਂਕਿ ਇਹ ਬਹੁਤ ਹੀ ਜ਼ਿਆਦਾ ਠੰਡੇ ਹੁੰਦੇ ਸੀ। ਅੱਗੇ ਜਦੋਂ ਜਾਂਦੇ ਹਾਂ ਉਦੋਂ ਆਉਂਦਾ ਹੈ ਰਾਜਾ ਮਾਨ ਸਿੰਘ ਦਾ ਕਿਲ੍ਹਾ। ਰਾਜਾ ਮਾਨ ਸਿੰਘ ਨੇ ਇਹ ਕਿਲ੍ਹਾ ਆਪਣੀਆਂ 12 ਰਾਣੀਆਂ ਲਈ ਬਣਵਾਇਆ ਹੋਇਆ ਸੀ। ਇਹਦੇ ਵਿੱਚ 12 ਕਮਰੇ ਬਣੇ ਹੋਏ ਨੇ, ਹਰ ਰਾਣੀ ਲਈ ਅਲੱਗ ਅਲੱਗ ਕਮਰਾ ਹੈ ਅਤੇ ਹਰ ਕਮਰੇ ਨੂੰ ਖੁਫੀਆ ਰਸਤੇ ਜਾਂਦੇ ਨੇ। ਅਗਰ ਰਾਜਾ 12ਵੀਂ ਰਾਣੀ ਕੋਲ ਹੁੰਦਾ ਸੀ ਤਾਂ 11 ਰਾਣੀਆਂ ਨੂੰ ਪਤਾ ਨਹੀਂ ਸੀ ਹੁੰਦਾ ਵੀ ਰਾਜਾ ਕਿਹੜੀ ਰਾਣੀ ਕੋਲ ਗਿਆ ਹੈ। ਇਹ ਇਸ ਲਈ ਰਾਣੀ ਨੇ ਕੀਤਾ ਸੀ ਕਿ ਰਾਣੀਆਂ ਵਿੱਚ ਲੜਾਈ ਨਾ ਹੋਵੇ। ਆਮਿਰ ਫੋਰਟ ਤੋਂ ਨਿਕਲ ਕੇ ਸਿੱਧਾ ਅਸੀਂ ਗਏ ਸਿਟੀ ਪੈਲੇਸ ਵੱਲ, ਜੋ ਕਿ ਜੈਪੁਰ ਸਿਟੀ ਦੇ ਬਿਲਕੁਲ ਵਿੱਚੋਂ ਵਿੱਚ ਬਣਿਆ ਹੋਇਆ ਹੈ। ਸਿਟੀ ਪੈਲੇਸ ਉਹ ਜਗ੍ਹਾ ਹੈ ਜਿੱਥੇ ਅੱਜ ਵੀ ਰਾਜਾ ਅਤੇ ਰਾਜੇ ਦਾ ਪਰਿਵਾਰ ਰਹਿੰਦਾ ਹੈ। ਸਿਟੀ ਪੈਲੇਸ ਵਿੱਚ ਜ਼ਿਆਦਾਤਰ ਮਿਊਜ਼ੀਅਮ ਹੀ ਬਣੇ ਹੋਏ ਨੇ ਅਤੇ ਕਿਸੇ ਵੀ ਮਿਊਜ਼ੀਅਮ ਵਿੱਚ ਵੀਡੀਓਗ੍ਰਾਫੀ ਕਰਨਾ ਅਲਾਊਡ ਨਹੀਂ ਆ, ਇਸ ਕਰਕੇ ਅਸੀਂ ਅੰਦਰਲਾ ਕੁਛ ਵੀ ਦਿਖਾ ਨਹੀਂ ਸਕਦੇ। ਆਹ
ਸਿਟੀ ਪੈਲੇਸ ਵੀ ਇੱਕ ਦੀਵਾਨ ਏ ਖਾਸ ਬਣਿਆ ਹੋਇਆ ਹੈ। ਇਹਦੀ ਖਾਸ ਗੱਲ ਕਹਿੰਦੇ ਇਹ ਨੇ ਜਿਹੜਾ ਇਹਦਾ ਫਰਸ਼ ਏ ਉਹ ਸੰਗਮਰਮਰ ਦਾ ਬਣਿਆ ਹੋਇਆ ਹੈ ਅਤੇ ਇਹ ਨਿੱਜੀ ਜਿਸ ਤਰ੍ਹਾਂ ਕਿ ਕੋਈ ਰਾਜੇ ਮਹਾਰਾਜੇ ਨੇ ਕੋਈ ਬੈਠਕ ਕਰਨੀ ਹੋਵੇ ਕੁਛ ਕਰਨਾ ਹੋਏ ਇਹ ਉਸ ਲਈ ਬਣਿਆ ਹੋਇਆ ਹੈ। ਇਹਦੇ ਵਿੱਚ ਹੀ ਦੁਨੀਆ ਦੇ ਸਭ ਤੋਂ ਵੱਡੇ ਚਾਂਦੀ ਦੇ ਜੋ ਜੱਗ ਵੀ ਪਏ ਹੋਏ ਨੇ। ਜੀ ਉਹ ਮਹਿਲ ਜਿੱਥੇ ਅੱਜ ਵੀ ਰਾਜਾ ਅਤੇ ਰਾਜੇ ਦਾ ਪਰਿਵਾਰ ਰਹਿੰਦਾ ਹੈ। ਚਾਰ ਗੇਟ ਬਣੇ ਹੋਏ ਨੇ ਜਿਨ੍ਹਾਂ ਵਿੱਚੋਂ ਇੱਕ ਹੈ ਮੋਰ ਗੇਟ ਯਾਨੀ ਕਿ ਪੀਕੋਕ ਗੇਟ ਜੋ ਕਿ ਚਾਰੋਂ ਗੇਟਾਂ ਵਿੱਚੋਂ ਮੇਨ ਆਕਰਸ਼ਣ ਦਾ ਕੇਂਦਰ ਹੈ। ਪੈਲਸ ਤੋਂ ਨਿਕਲ ਕੇ ਹੀ ਅਸੀਂ ਗਏ ਹਵਾ ਮਹਿਲ। ਕਹਿੰਦੇ ਨੇ ਇਹ ਮਹਿਲ ਮਹਾਰਾਜਾ ਪ੍ਰਤਾਪ ਸਿੰਘ ਨੇ 1799 ਈਸਵੀ ਵਿੱਚ ਬਣਵਾਇਆ ਸੀ। ਇਹ ਮਹਿਲ ਵਿੱਚ 953 ਖਿੜਕੀਆਂ ਨੇ। ਕਹਿੰਦੇ ਨੇ ਰਾਣੀਆਂ ਇਹਨਾਂ ਖਿੜਕੀਆਂ ਵਿੱਚ ਬੈਠ ਕੇ ਜੈਪੁਰ ਸਿਟੀ ਵਿੱਚ ਕੋਈ ਵੀ ਸੰਮੇਲਨ ਹੁੰਦਾ ਸੀ ਕੋਈ ਵੀ ਤਿਉਹਾਰ ਮਨਾਇਆ ਜਾਂਦਾ ਸੀ ਉਹਦਾ ਆਨੰਦ ਲੈਂਦੀਆਂ ਸੀ। ਹਵਾ ਮਹਿਲ ਦੇ ਕੋਲ ਇੱਕ ਬਹੁਤ ਹੀ ਮਸ਼ਹੂਰ ਲੱਸੀ ਵਾਲਾ ਹੈ, ਨਾਮ ਹੈ MK ਲੱਸੀ ਵਾਲਾ। ਇੱਥੋਂ ਦੀ ਅਸੀਂ ਲੱਸੀ ਟਰਾਈ ਕੀਤੀ, ਬਹੁਤ ਹੀ ਵਧੀਆ ਲੱਸੀ ਸੀ। ਮਸਟ ਰਿਕਮੈਂਡਿਡ ਜਗ੍ਹਾ ਹੈ। ਸਿੱਧਾ ਗਏ ਐਲਬਰਟ ਹਾਲ ਮਿਊਜ਼ੀਅਮ। ਇਹ ਮਿਊਜ਼ੀਅਮ 1876 ਈਸਵੀ ਵਿੱਚ ਬਣਿਆ ਸੀ। ਕਹਿੰਦੇ ਨੇ ਇਹ ਲੰਡਨ ਵਿੱਚ ਬਣੇ ਮਿਊਜ਼ੀਅਮ ਵਿਕਟੋਰੀਆ ਅਤੇ ਐਲਬਰਟ ਦੀ ਹੂਬਹੂ ਨਕਲ ਹੈ। ਇੱਥੇ ਜਿਹੜਾ ਮੇਨ ਆਕਰਸ਼ਣ ਦਾ ਕੇਂਦਰ ਹੈ ਉਹ ਹੈ ਜੀ 2400 ਸਾਲ ਪੁਰਾਣੀ ਮੰਮੀ। ਹੋਵੋ ਭਾਅ ਜੀ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਅਗਰ ਪਸੰਦ ਆਈ ਹੋਵੇਗੀ ਜੀ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।